ਨਵੇਂ ਟਰੈਕਟਰ ਦੇ ਨਾਲ ਸਟੰਟ ਕਰਨਾ ਮੁੰਡਿਆਂ ਨੂੰ ਕਾਫੀ ਮਹਿੰਗਾ ਪੈ ਗਿਆ। ਦਰਅਸਲ ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਹੈ ਤੇ ਟਰੈਕਟਰ ਨੂੰ ਹੁਣ ਜ਼ਬਤ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਬੱਸ ਸਟੈਂਡ ਦੇ ਅੰਦਰ ਜਾ ਕੇ ਮੁੰਡਿਆਂ ਦੇ ਵੱਲੋਂ ਇਹ ਟਰੈਕਟਰ ਦੇ ਨਾਲ ਸਟੰਟ ਕੀਤਾ ਜਾ ਰਿਹਾ ਸੀ ਤੇ ਇਸੇ ਦੌਰਾਨ ਜਦੋਂ ਟਰੈਕਟਰ ਪਲਟ ਗਿਆ ਤਾਂ ਇੱਕ ਮੁੰਡਾ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਹੈ, ਜਦਕਿ ਜਿਸ ਮੁੰਡੇ ਦਾ ਇਹ ਟਰੈਕਟਰ ਹੈ ਉਸ ਦੇ ਵੀ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਉਹ ਪੁਲਿਸ ਵਾਲਿਆਂ ਦੀ ਮਿੰਨਤਾਂ ਕਰਦਾ ਸਾਫ਼ ਨਜ਼ਰ ਆਇਆ। ਤਾਂ ਦੱਸ ਦਈਏ ਕਿ ਪੁਲਿਸ ਦੇ ਮੁਤਾਬਿਕ ਇਹਨਾਂ ਨੌਜਵਾਨਾਂ ਦੇ ਵੱਲੋਂ ਨਸ਼ੇ ਦੀ ਹਾਲਤ ਦੇ ਵਿੱਚ ਇਹ ਟਰੈਕਟਰ ਨਾਲ ਸਟੰਟ ਕੀਤਾ ਜਾ ਰਿਹਾ ਸੀ। ਬੱਸ ਸਟੈਂਡ ਦੇ ਅੰਦਰ ਜਾ ਕੇ ਇਹ ਟਰੈਕਟਰ ਪਲਟ ਜਾਂਦਾ ਹੈ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਰਹਿ ਗਿਆ, ਕਿਉਂਕਿ ਬੱਸ ਸਟੈਂਡ ਦੇ ਅੰਦਰ ਕਾਫੀ ਸਵਾਰੀਆਂ ਵੀ ਹੁੰਦੀਆਂ ਨੇ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਜਦੋਂ ਇਹ ਟਰੈਕਟਰ ਘੁੰਮਦਾ ਤਾਂ ਕਈ ਲੋਕਾਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲੈਂਦਾ। ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਸਟੰਟ ਦੇ ਕਾਰਨ ਕਿਸੇ ਦੀ ਜਾਨ ਗਈ ਹੋਵੇ। ਇਸ ਤੋਂ ਇਲਾਵਾ ਵੀ ਕਈ ਵਾਰ ਅਜਿਹੇ ਮਾਮਲੇ ਦੇਖਣ ਦੇ ਵਿੱਚ ਸਾਹਮਣੇ ਆਉਂਦੇ ਨੇ ਕਿ ਜੋ ਟਰੈਕਟਰਾਂ ਦੇ ਨਾਲ ਕਰਤੱਵ ਕਰਦੇ ਨੇ ਉਹਨਾਂ ਦੀ ਵੀ ਕਿੰਨੀ ਵਾਰੀ ਜਾਨ ਚਲੀ ਜਾਂਦੀ ਹੈ, ਪਰ ਇੱਥੇ ਨੌਜਵਾਨਾਂ ਦੇ ਵੱਲੋਂ ਨਸ਼ੇ ਦੀ ਹਾਲਤ ਦੇ ਵਿੱਚ ਟਰੈਕਟਰ ਦੇ ਨਾਲ ਸਟੰਟ ਕੀਤਾ ਜਾ ਰਿਹਾ ਸੀ ਅਤੇ ਨਵਾਂ ਟਰੈਕਟਰ ਸਾਰਾ ਚੂਰੋ ਚੂਰ ਹੋ ਗਿਆ। ਤਾਂ ਗੁਰਦਾਸਪੁਰ ਤੋਂ ਇੱਕ ਖਬਰ ਸਾਹਮਣੇ ਆਈ ਹੈ, ਦੱਸ ਦਈਏ ਕਿ ਇੱਕ ਬੱਸ ਸਟੈਂਡ ਦੇ ਵਿੱਚ ਦੱਸਿਆ ਜਾ ਰਿਹਾ ਕਿ ਨੌਜਵਾਨਾਂ ਦੇ ਵੱਲੋਂ ਟਰੈਕਟਰ ਦੇ ਨਾਲ ਸਟੰਟ ਕੀਤਾ ਜਾ ਰਿਹਾ ਸੀ ਅਤੇ ਇਸ ਦੌਰਾਨ ਜਦੋਂ ਟਰੈਕਟਰ ਪਲਟ ਜਾਂਦਾ ਤਾਂ ਇੱਕ ਮੁੰਡਾ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ, ਜਦਕਿ ਜਿਸ ਮੁੰਡੇ ਦਾ ਇਹ ਟਰੈਕਟਰ ਹੈ ਉਹ ਪੁਲਿਸ ਵਾਲਿਆਂ ਦੀਆਂ ਮਿੰਨਤਾਂ ਕਰਦਾ ਵੀ ਨਾਲ ਨਜ਼ਰ ਆਇਆ ਅਤੇ ਟਰੈਕਟਰ ਦੇ ਵਿੱਚੋਂ ਇੱਕ ਤਲਵਾਰ ਵੀ ਬਰਾਮਦ ਹੋਈ ਹੈ। ਕੋਈ ਕੁਛ ਨਹੀਂ ਮਾਰਿਆ, ਟਰੈਕਟਰ ਫੋਨ ਆਏ ਉਹਨੇ ਸਰ ਅਸੀਂ ਆਏ ਹਾਂ ਟਰੈਕਟਰ ਫੋਨ ਆਏ ਉਹਨੇ
ਚਲਾਇਆ ਆ ਜਾ ਯਾਰ।